ਦੀ ਚਪੇਟ ਦੇ ਵਿੱਚ ਆਉਣ ਕਾਰਨ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੰਮ ਤੋਂ ਜਿਵੇਂ ਇਹ ਵਿਅਕਤੀ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਲਾਈਨਾਂ ਪਾਰ ਕਰਦੇ ਸਮੇਂ ਟ੍ਰੇਨ ਨੇ ਇਸ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਤੇ ਮੌਕੇ ਤੇ ਹੀ ਇਸ ਦੀ ਜਾਨ ਚਲੀ ਗਈ ਹੈ। ਹਾਲਾਂਕਿ ਮ੍ਰਿਤਕ ਵਿਅਕਤੀ ਦੇ 5 ਬੱਚੇ ਨੇ ਜਿਨ੍ਹਾਂ ਦੇ ਵਿੱਚ 4 ਕੁੜੀਆਂ ਅਤੇ 1 ਬੇਟਾ ਸ਼ਾਮਿਲ ਦੱਸਿਆ ਜਾ ਰਿਹਾ ਹੈ। ਤਾਂ ਦੱਸਿਆ ਜਾ ਰਿਹਾ ਕਿ ਜਿਵੇਂ ਹੀ ਇਹ ਸ਼ਾਮ ਨੂੰ ਵਾਪਸੀ ਕਰ ਰਿਹਾ ਸੀ ਕੰਮ ਤੋਂ ਤਾਂ ਰਸਤੇ ਦੇ ਵਿੱਚ ਜਿਵੇਂ ਹੀ ਇਹ ਟਰੈਕ ਨੂੰ ਪਾਰ ਕਰ ਰਿਹਾ ਸੀ ਤਾਂ ਉਧਰੋਂ ਤੇ ਇੱਕ ਸੁਪਰ ਫਾਸਟ ਟ੍ਰੇਨ ਆਉਂਦੀ ਹੈ ਜੋ ਕਿ ਇਸ ਨੂੰ ਆਪਣੀ ਚਪੇਟ ਦੇ ਵਿੱਚ ਲੈ ਲੈਂਦੀ ਹੈ ਤੇ ਇਸ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਖੰਨਾ ਤੋਂ ਇਹ ਖਬਰ ਸਾਹਮਣੇ ਆਈ ਹੈ। ਫੋਕਲ ਪੁਆਇੰਟ ਦੇ ਨੇੜੇ ਦੱਸਿਆ ਜਾ ਰਿਹਾ ਕਿ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਟ੍ਰੇਨ ਨੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਇਸ ਘਟਨਾ ਤੋਂ ਬਾਅਦ ਬੁਰਾ ਹਾਲ ਹੈ ਕਿਉਂਕਿ ਇਕੱਲਾ ਹੀ ਜੀ ਸੀ ਇਹ ਕਮਾਉਣ ਵਾਲਾ ਤੇ 5 ਇਸ ਦੇ ਬੱਚੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਸਿਰ ਤੋਂ ਹੁਣ ਪਿਓ ਦਾ ਸਾਇਆ ਉੱਠ ਗਿਆ। ਉਹ ਲੈਨ ਟਪਰਾ ਤੇ ਜੀ ਲੈਨ ਟਪਤੇ ਟਪਤੇ ਜਾਏ ਨਾ ਪੈਰ ਫਟ ਗਿਆ ਦਾ ਉਧਰੋਂ ਗੱਡੀ ਆ ਗਈ। ਬਸ ਕੌਣ ਸੀ ਤੁਹਾਡਾ ਕੀ ਦਾ ਜੀ? ਮੇਰਾ ਸਾਲਾ ਲੱਗਦਾ ਜੀ। ਕੀ ਨਾਮ ਸੀ ਜੀ? ਉਹਦਾ ਰਾਜ ਕੁਮਾਰ। ਕੀ ਕੰਮ ਕਰਦਾ ਸੀ? ਉਹ ਮੈਂ ਝਾੜੀ ਕਰਦਾ ਸੀ ਮਿਸਤਰੀ ਨਾਲ। ਕੌਣ ਦਾ ਵਾਕਿਆ ਸਰ? ਕਿਵੇਂ ਇਹ ਕੌਣ ਦੀ ਵਾਕਿਆ? ਕਦੋਂ ਦਾ? ਕੱਲ ਦਾ ਪਰਸੋਂ ਦਾ? ਸਾਨੂੰ ਤਾਂ ਕੱਲ ਪਤਾ ਲੱਗਿਆ ਜੀ। ਅੱਛਾ, ਹਾਂ ਵਾਕਿਆ ਪਰਸੋਂ ਦਾ? ਵਾਕਿਆ ਪਰਸੋਂ ਦਾ ਦੱਸਦੇ ਨੇ ਸਾਨੂੰ ਕੱਲ ਪਤਾ ਲੱਗਿਆ ਤੇ ਸਾਡੇ ਤਾਂ ਦੂਰ ਰਹਿੰਦਾ ਸੀ ਉਹ। ਹੋਇਆ ਕੀ ਸੀ? ਕੀ ਬਣਿਆ ਕੀ? ਕੋਈ ਕਾਰਨ ਨਹੀਂ ਸੀਗਾ ਬਸ ਉਹ ਜੀ ਉਹ ਲੈਨ ਕਰੋਸ ਕਰ ਰਿਹਾ ਸੀ ਪੈਰ ਰਪਟਾ ਉਸਕਾ ਉਹ ਉਧਰੋਂ ਗੱਡੀ ਆ ਗਈ। ਮੌਕੇ ਦੀ ਡੈਥ ਹੋ ਗਈ ਉਹਦੀ? ਹਾਂ ਮੌਕੇ ਦੀ। ਮੌਕੇ ਤੋਂ ਉਰੇ ਥੋੜ੍ਹਾ ਜਿਹਾ ਘੰਟਾ ਦਾ ਘੰਟਾ ਜਿਹਾ ਬਸ ਕੇ ਬਾਅਦ। ਫੈਮਿਲੀ 'ਚ ਕੌਣ ਕੌਣ ਉਹਨਾਂ ਦੇ? ਫੈਮਿਲੀ ਦੇ ਉਹਦੇ 5 ਜਵਾਕ ਨੇ, 4 ਕੁੜੀਆਂ ਨੇ, 1 ਮੁੰਡਾ। ਜਵਾਕ ਹਜੇ ਕੁਆਰੇ ਆ ਸਾਰੇ ਹੀ। ਕਿੰਨੀ ਏਜ ਹੈ ਬੱਚਿਆਂ ਦੀ? ਬੱਚਾ ਬੜੀ ਕੁੜੀ 21 ਸਾਲਾਂ ਦੀ ਆ ਤੇ ਉਹ ਬਾਕੀ ਤਾਂ ਛੋਟੇ ਨੇ ਸਾਰੇ। ਕੰਮ ਕੀ ਕਰਦਾ ਸੀ? ਝਾੜੀ ਕਰਦਾ ਸੀ ਉਹ। ਕੰਮ ਤੋਂ ਘਰੇ ਆ ਰਹੇ ਸੀ। ਕੌਣ ਥਾ ਜਾ ਉੱਤਰ? ਸਾ ਗਵਾਂਢੀ ਲੱਗਦੇ ਵੈਸੇ। ਕੀ ਨਾਮ ਹੈ ਸਰ? ਇੰਦੇ ਅਜੇ ਕੁਮਾਰ ਹੈ ਜੀ। ਉਹ ਕਿਹਾ ਸਰ? ਅਨੇ ਰਾਤ ਨੂੰ ਕੰਮ ਤੋਂ ਘਰੇ ਆ ਰਹੇ ਹੋਣਾ, ਲੈਣਾ ਤੇ ਅੰਧੇਰਾ ਜਾ ਰਹੇ ਹੋਣਾ, ਲੈਣਾ ਕ੍ਰੋਸ ਕਰਦੇ ਗੱਡੀ ਸਮੇਂ ਲਿਆ ਗਏ। ਉਮਰ ਸਿਆਣੀ ਸੀ। ਬਸ ਕਿੱਥੇ ਰਹਿਣ ਵਾਲੇ? ਇਹ ਗਾਜਵਾ ਤੇ ਰਹਿਣ ਵਾਲੇ ਆ, ਕਿਰਾਏ ਤੇ ਰਹਿੰਦੇ ਜੀ। ਇੱਥੇ ਕਿੱਥੇ ਰਹਿ ਰਹੇ ਸੀ? ਰੇ 13 ਨੰਬਰ ਕੋਲ ਜੀ, ਆਜ਼ਾਦ ਨਗਰ। ਕੌਣ ਆ ਪਰਿਵਾਰ 'ਚ? ਕੌਣ ਕੌਣ? ਪਰਿਵਾਰ 'ਚ 5 ਬੱਚੇ ਨੇ ਜੀ, ਘਰ ਵਾਲੀ ਹੈ ਬਸ। ਛੋਟੇ ਮਾਤਾ ਤਾਂ ਬਿਮਾਰੀ ਆ, ਹਲੇ ਮਾਤਾ ਹੈਗੀ ਆ, ਬਿਮਾਰੀ ਆ, ਸਿਆਣੀ ਆ, ਬਹੁਤ ਸਿਆਣੀ, ਚੱਲ ਫਿਰ ਨਹੀਂ ਚੱਲਦੀ। ਇਹ ਮਿਸਤਰੀ ਦਾ ਕੰਮ ਕਰਦੇ ਜੀ, ਮਿਸਤਰੀਆਂ ਨਾਲ ਝਾੜੀ ਝੂੜੀ। ਕਿਵੇਂ ਫਿਰ ਤਾਂ ਸਾਨੂੰ ਕੱਲ੍ਹ ਪਤਾ ਲੱਗਿਆ, ਇਸ ਲੱਭ ਰਹੇ ਵੀ ਪਤਾ ਲੱਗਿਆ ਵੀ ਗਾਂਡ ਮਸ਼ ਚੱਲੀ ਹੈ, ਫਿਰ ਪਤਾ ਕਰੀਏ ਮਾੜਾ ਜਿਹਾ। ਇਸ ਪੁਲਿਸ ਸਾਹਿਬ ਮਿਲੇ, ਉਹਨਾਂ ਨੇ ਦੱਸਿਆ ਸਾਨੂੰ ਇਹਨਾਂ ਬਾਰੇ। ਸ਼ਨਾਖਤ ਹੋ ਗਈ ਹੈ, ਇਹ ਹੈਗੇ ਨੇ ਜੀ, ਸ਼ਨਾਖਤ ਹੋ ਗਈ ਹੈ ਇਹਨਾਂ ਦੀ। ਰਾਜਕੁਮਾਰ ਸਨ ਆਫ ਲੇਟ ਅਮਰ ਸਿੰਘ, ਮੂਲ ਰੂਪ 'ਚ ਇਹ ਗਾਜ਼ੀਆਬਾਦ ਦੇ ਵਿੱਚ ਪਿੰਡ ਪੈਂਦਾ ਹੈ ਘੂਕਣਾ, ਇੱਥੋਂ ਦੇ ਰਹਿਣ ਵਾਲੇ ਨੇ ਅਤੇ PSN ਡਿਸਟ੍ਰਿਕਟ ਇਹਦਾ ਪੈਂਦਾ ਗਾਜ਼ੀਆਬਾਦ ਦੇ UP। ਅਤੇ ਆਪਣੇ ਕੋਲ ਖੰਨੇ ਸੰਜੇ ਦਾ ਵਿਹੜਾ ਜੀ, ਕੋਈ GTP ਨਗਰ ਗਲੀ ਨੰਬਰ 13, ਉੱਥੇ ਕਿਰਾਏ 'ਤੇ ਰਹਿੰਦੇ ਸੀ। ਰਾਜ ਮਿਸਤਰੀ ਦਾ ਕੰਮ ਕਰਦਾ ਸੀ ਇਹ, ਪਰਿਵਾਰ ਇਹਦਾ ਪਿੱਛੇ UP ਦੇ ਵਿੱਚ ਹੀ ਰਹਿੰਦਾ ਅਤੇ ਪਰਿਵਾਰ ਨੇ ਆ ਕੇ ਸ਼ਨਾਖਤ ਕੀਤੀ। ਸ਼ਨਾਖਤ ਕਰਨ ਤੋਂ ਬਾਅਦ ਮੈਂ ਆਪਣੀ ਬਣਦੀ ਕਾਰਵਾਈ ਕਰਕੇ ਇਹਨਾਂ ਦੇ ਲਾਸ਼ ਨੂੰ ਰਵਾਨੇ ਕਰਤੀ ਹੈ ਜੀ ਬਾਅਦ ਪੋਸਟਮਾਰਟਮ। ਅਤੇ ਦੂਜੀ ਜਿਹੜੀ ਮੈਨੂੰ ਇੱਕ ਘਟਨਾ ਮੇਰੇ ਕੋਲ, ਉਹਦੇ ਵਿੱਚ ਹਾਲੇ ਸਰ ਸ਼ਨਾਖਤ ਨਹੀਂ ਹੋ ਸਕੀ, ਅਧੂਰੀ ਸ਼ਨਾਖਤ ਬਣਦੀ ਆ। ਬਿਹਾਰ ਤੋਂ ਇੱਕ ਫੋਨ ਆ ਰਿਹਾ, ਉਹ ਸ਼ੱਕ ਧਰਦੇ ਨੇ ਵੀ ਸਾਡਾ, ਮੈਨੂੰ ਉਮੀਦ ਆ ਵੀ ਅੱਜ ਰਾਤ ਤੱਕ ਮੇਰੇ ਕੋਲ ਵਾਪਸ ਪਹੁੰਚ ਜਾਣਗੇ ਅਤੇ ਉਹਨਾਂ ਦੇ ਆਉਣ 'ਤੇ ਵੀ ਮੈਂ ਸ਼ਨਾਖਤ ਪਾ ਕੇ ਉਹਨਾਂ ਦੀ ਉਹ ਡੈਡ ਬੋਡੀ ਉਹਨਾਂ ਦੇ ਪਾਸੇ। ਇਹ ਸਰ ਦੋਨੇ ਘਟਨਾਵਾਂ ਬਿਟਵੀਨ ਖੰਨਾ ਅਤੇ ਗੋਬਿੰਦਗੜ੍ਹ ਸਟੇਸ਼ਨ ਦੀਆਂ ਨੇ, ਵੱਖ ਵੱਖ ਗੱਡੀ ਦੀਆਂ ਨੇ ਦੋ, ਅਤੇ ਇਹ ਦੋਨੇ ਵਿਅਕਤੀ ਗੱਡੀ ਨਾਲ ਟਕਰਾਏ ਸੀਗੇ ਜੀ। ਇੱਕ ਟਕਰਾ ਕੇ ਜ਼ਖਮੀ ਹੋ ਗਿਆ ਸੀਗਾ, ਉਹ ਇਲਾਜ ਦੀ ਮੌਤ ਹੋਈ ਹੈ। ਇੱਕ ਦੀ ਉੱਥੇ ਗੱਡੀ ਨਾਲ ਟਕਰਾਉਣ ਕਰਕੇ ਸਰ ਮੌਕੇ 'ਤੇ ਹੀ ਮੌਤ ਹੋ ਗਈ। ਹਾਂਜੀ ਹਾਂਜੀ ਸਰ ਬਿਲਕੁਲ, ਮੈਂ ਪ੍ਰੋਸੀਡਿੰਗ ਦੇ ਵਿੱਚ ਵੀ ਆਪਣੀ ਜੀ ਕਲੀਅਰ ਕਰਿਆ ਹੈ ਜੀ। ਜਿਹੜਾ ਬਾਅਦ ਵਾਲੀ ਡੈਡ ਬੋਡੀ ਹੈ ਮੇਰੀ 2 ਨੰਬਰ ਵਾਲੀ, ਇਹ ਮੈਂ ਚੱਕੀ ਸੀ ਜੀ ਇਹ ਆਪਣੇ ਜਿਹੜਾ ਓਵਰ ਬ੍ਰਿਜ ਬਣ ਰਿਹਾ ਰਤਰੇੜੀ ਵਾਲਾ, ਉਹਦੇ ਕੋਲੋਂ। ਉਹ ਜਿਹੜੀ DFC ਦੀ 3 ਨਵੀਂ ਲਾਈਨ ਬਣੀ ਹੈ ਜੀ, ਇਹਦੇ ਵਿੱਚ ਪ੍ਰਤੱਖ ਗਵਾਹ ਨੇ ਜਿਹੜੇ ਦੇਖਣ ਵਾਲੇ, ਉਹਨਾਂ ਦੇ ਮੁਤਾਬਕ ਉਹਨੇ ਕੰਨਾਂ ਨੂੰ ਹੈੱਡਫੋਨ ਲਾ ਕੇ ਟਰੈਕ ਦੇ ਵਿੱਚ ਤੁਰ ਰਿਹਾ ਸੀਗਾ ਜੀ, ਅਤੇ ਪਿਛਲੇ ਪਾਸੇ ਤੋਂ ਗੱਡੀ ਨੇ ਆ ਕੇ ਉਹਨੂੰ ਟੱਚ ਕੀਤਾ ਅਤੇ ਬਾਹਰ ਮਾਰਿਆ ਚੱਕ ਕੇ। ਉਹਦੀ ਮੌਤ ਹੈ ਜਿਹੜੀ ਸਰ,
वो यही वजह कारण हुई है, मैंने गड्डी की आवाज़ नहीं सुनी।